एक ईमानदार अते उची सुची शख्सियत मालक दीन दुखियों की सेवा करना अपना फर्ज समझने वाले सरदार कुलवंत सिंह सिद्धू अपने संसार की यात्रा पूरी करते हुए प्रभु चरणा में जा बराजे। उन्होंने आत्मा नु शांति देने बीते दिन धार्मिक समागम करवाया गया। बटाला विखे करवाए गए धार्मिक समागम दौरान वड्डी गिणती विच उन्होंने सगे संबंधियों ने शिरकत की थी। इस मौके कीर्तन वालों विराग में कीर्तन किया गया। इस मौके के नामी शख्सियत भी पहुंचे जिन्होंने सरदार कुलवंत सिंह सिद्धू श्रद्धा के फुल भेंट किए। श्रद्धांजलि देने वाले में एमएलए लोधी नंगल, साबका एमपी भूपिंदर सिंह मान, बलविंदर सिंह लाडी, चेयरमैन जिला परिषद ते होर भी नामी शख्सियत मौजूद रही। पर बेवकूफ मौत का गम
ਜਿਹੜਾ ਬਹੁਤ ਪਹਿਲਾਂ ਮੌਤ ਤੋਂ ਆਦਮੀ ਨੂੰ ਉੱਪਰ ਨਹੀਂ ਹੋ ਸਕਦਾ ਪਰ ਬੇਵਕੀ ਮੌਤ ਦਾ ਜਿਹੜਾ ਰੱਬ ਦੇ ਨਾਲ ਲਾਂਭੇ ਵਿੱਚ ਹਰ ਇਨਸਾਨ ਕਰ ਸਕਦਾ ਸਰਦਾਰ ਕਰਮ ਸਿੰਘ ਇੱਕ ਬੇਨਜ਼ੀਰ ਆਦਮੀ ਸੀ ਜਿਸ ਵਿਅਕਤੀ ਦੇ ਨਾਲ ਵੀ ਉਸਨੇ ਚਾਰ ਪਾਪ ਗੱਲ ਕੀਤੀ ਆ ਉਹ ਵਿਅਕਤੀ ਸਦਾ ਲਈ ਉਸਦਾ ਮਿੱਤਰ ਬਣਿਆ ਸਾਡੇ ਭੈਣ ਜੀ ਸਰਕਾਰ ਜੋ ਬੱਚੀਆਂ ਸਾਰੇ ਪਰਿਵਾਰ ਲੱਗਾ ਰਹੀ ਅਫਸੋਸ ਜਾਹਰ ਕਰਨ ਵਾਸਤੇ ਕੋਈ ਦਰਸ਼ਨ ਕਰ ਪਰਮਾਤਮਾ ਅੱਗੇ ਅਰਦਾਸ ਕੀਤੀ ਆ ਅਰਦਾਸ ਤੋਂ ਵੱਡੀ ਕੋਈ ਸ਼ੈ ਨਹੀਂ ਵਿਅਕਤੀਗਤ ਤੌਰ ਤੇ ਪਰਮਾਤਮਾ ਪਾਸ ਇਹੋ ਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਏਡਾ ਵੱਡਾ ਭਿਆਨਕ ਦੁਖਦਾਈ ਧਾਰਨਾ ਸਾਨੂੰ ਮਹਿਸੂਸ ਹੁੰਦਾ ਕਿ ਵਾਪਰਿਆ ਕਿਉਂਕਿ ਅਕਾਲ ਪੁਰਖ ਦੇ ਜਾਣੇ ਜਾਣ ਉਹਦੀ ਸ੍ਰਿਸ਼ਟੀ ਨੂੰ ਰਚਣ ਵਾਲਾ ਤੇ ਆਪਣੇ ਹਿਸਾਬ ਦਾ ਚੱਲਦਾ ਪਰ ਅਸੀਂ ਕਾਲੂ ਦੀ ਜੀਵ ਏਡੇ ਭਿਆਨਕ ਖਾਸ ਜਿਹਾ ਚੱਲ ਚੁੱਕੇ ਨਹੀਂ ਉਹਦੇ ਅਰਦਾਸ ਆ ਕਿ ਇਹ ਨਾ ਪੂਰਾ ਹੋਣ ਵਾਲਾ ਪਾੜਾ ਨਾ ਪੂਰਾ ਹੋਣ ਵਾਲਾ ਘਾਟਾ ਜਿੱਥੇ ਪਰਿਵਾਰ ਦੇ ਵਾਸਤੇ ਸਹਿਣਾ ਬਹੁਤ ਮੁਸ਼ਕਿਲ ਆ ਉੱਥੇ ਜਿਨ੍ਹਾਂ ਦੋਸਤਾਂ ਮਿੱਤਰਾਂ ਨਾਲ ਇੰਨਾ ਪੂਰਾ ਪਿਆਰ ਪਾ ਕੇ ਗਿਆ ਉਹਨਾਂ ਲਈ ਵੀ ਸਹਿਣਾ ਬਹੁਤ ਮੁਸ਼ਕਿਲ ਕੋਈ ਨਾ ਕੋਈ ਆਪਣਿਆਂ ਲਈ ਸਾਰਿਆਂ ਲਈ ਕੁਝ ਕਰਨ ਦੀ ਜਿਹਦੇ ਸਮਰੱਥਾ ਹੋਵੇ ਉਹ ਕਰਨ ਦੀ ਕੋਸ਼ਿਸ਼ ਕਰਦਾ ਲੇਕਿਨ ਮਾਫ ਕਰਨਾ ਜੇ ਮੈਂ ਉਹਨੂੰ ਕੁਲਵੰਤੀ ਕਹਿ ਕੇ ਬੁਲਾਲਾ ਬਹੁਤ ਹੀ ਸਮਾਜ ਦਾ ਸਰਦਾਰ ਕੁਲਵੰਤ ਸਿੰਘ ਸਿੱਧੂ ਮੇਰਾ ਤੇ ਕੁਲਵੰਤੀ ਸੀ ਕਿਉਂਕਿ ਛੋਟੇ ਹੁੰਦਿਆਂ ਤੋਂ ਉਹ ਇਸ ਤਰੀਕੇ ਨਾਲ ਸੀ ਜਿਵੇਂ ਪਰਿਵਾਰ ਦਾ ਮੈਂਬਰ ਹੈ ਔਰ ਜਦੋਂ ਫਰੀਦਕੋਟ ਤੋਂ ਆ ਬੈਠੀਏ ਚੰਦਨ ਵਰਗੀ ਖੁਸ਼ਬੂ ਹੋਏਗੀ ਇਹਨੂੰ ਜਦੋਂ ਲੈ ਕੇ ਜਾਣਾ ਇੱਧਰ ਅੱਗੇ ਡਲਹੌਜ਼ੀ ਵੱਲ ਛੱਡਣ ਲਈ ਤੇ ਏਡੀ ਚਾਅ ਨਾਲ ਏਡੀ ਖੁਸ਼ੀ ਨਾਲ ਇਹ ਤੇ ਮਨ ਦੀ ਤਸੱਲੀ ਨਾਲ ਫਿਰ ਮੈਂ ਆਪ ਕੁਛ ਕਰ ਰਿਹਾ ਜਦੋਂ ਮਨ ਤੇ ਕੀ ਬੇਨਤੀ ਹੋਵੇਗੀ ਅਸੰਭਵ ਕੁਛ ਕਹਿ ਜਿਸ ਤਰ੍ਹਾਂ ਲਾਗੇ ਸੋਈ ਜਾਣੇ ਕੌਣ ਜਾਣੇ ਕੀ ਭਾਵੇਂ ਕਿਉਂਕਿ ਮੈਂ ਕੁਛ ਹੋਰ ਬਹੁਤ ਦੁੱਖ ਦਾ ਹੀ ਗੱਲ ਕਰਦਾ ਹਾਂ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਉਸ ਈਸ਼ਵਰ ਦੇ ਹੁਕਮ ਅੱਗੇ ਆਪ ਸਾਰੇ ਦੇ ਨਾਲ ਪਾੜਾ ਮੰਨ ਕੇ ਨਮਸਕਾਰ ਕਰਦਾ ਉਹਦਾ ਹੁਕਮ ਹੈ ਜਾਏ ਕਰ ਸਾਡਾ ਉਸਦਾ ਸਾਥ ਹੀ ਨਹੀਂ ਸੀ ਮਾਨ ਸਾਹਿਬ ਲਿਖੇ ਗਏ ਨੇ ਸਾਂਝਾ ਅਠਾ ਸਾਲ ਦੀ ਘੁੰਮਦੇ ਚਲੇ ਗਏ ਵੇਦਾਂ ਕਿਤਾਬਾਂ ਚ ਆਦਮੀ ਦੀ ਉਮਰ ਔਸਤ ਉਮਰ 100 ਸਾਲ ਹੈ 50-55 ਸਾਲ ਰਹਿ ਗਈ ਭਾਵੇਂ ਉਸਦਾ ਹੁਕਮ ਹੈ ਤੇ ਉਹ ਛੋਟੀ ਉਮਰੇ ਲੈ ਲੈ ਅੱਧ ਵਿਚਾਰੇ ਲੈ ਲੈ ਹੁਕਮ ਹੈ मोहे ना बिसारो मैं जन तेरा राम गुसैया जी के जीवना राम गुसैया जी के जीवना मोहे ना बिसारो ਨਾ
मेरी संगत पोच सोच दिन राती मेरी संगत पोच सोच दिन राती मेरा कर्म कुटिलता जन्म कुबाती मेरा कर्म कुटिलता जन्म कुबाती मोहे ना बिसारू मैं जन तेरा राम गुसैया जी के जीवना राम गुसैया सारू मैं जन तेरा राम गुसैया जी के जीवना राम गुसैया जी के जीवना मोहे ना मेरी हरो विपत जन करो सुबाई मेरी हरो विपत जन करो सुबाई चरण न छाड़ो शरीर कल जाई चरण न छाड़ो शरीर कल जाई मोहे ना बिसारू मैं जन तेरा राम गुसैया जी के जीवना राम गुसैया जी के जीवना मोहे ना बिसारू।